اعوذ باللہ من الشیطان الرجیم بسم اللہ الرحمن الرحیم سب صبح اللہ ہی دیے جن اتارے اپنے بندے تے کتاب تے نہیں رکھی اس وچ کچھ ڈنگ گئی بنائی سدھی تاں ڈراوے اللہ دے سخت عذابوں تے خوشخبری دے ایمانداراں نو جڑے کردے نے بھلائیاں بھائی انہاں لئی ضرور سبا دے سونا رہن گے اس وچ سدا تے ڈراوے ਉਹਨਾਂ ਨੂੰ ਜਿਨ੍ਹਾਂ ਆਖਿਆ ਜੇ ਅੱਲਾਹ ਨੇ ਕਿਸੇ ਨੂੰ ਪੁੱਤਰ ਬਣਾ ਲਿਆ ਨਹੀਂ ਉਹਨਾਂ ਨੂੰ ਇਸ ਦੀ ਕੋਈ ਖਬਰ ਤੇ ਨਾ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ ਬੜੀ ਗੱਲ ਹੈ ਜੋ ਨਿਕਲਦੀ ਹੈ ਇਹਨਾਂ ਦੇ ਮੂੰਹੋਂ ਨਹੀਂ ਆਖਦੇ ਨੇ ਪਰ ਝੂਠ ਐ ਹਬੀਬ ਸ਼ਾਇਦ ਤੂੰ ਚੁਰ-ਚੁਰ ਕੇ ਕੁੱਟ ਮਾਰੇ ਜਾਨ ਆਪਣੀ ਉਹ ਨਾ ਪਿੱਛੇ ਜੇ ਨਾ ਮੰਨਿਓ ਨੇ ਇਹ ਤਾਲੀਮ ਕੱਲ ਇੰਜੇ ਅਸਾਂ ਬਣਾਇਆ ਜੋ ਕੁਝ ਜ਼ਮੀਨ ਉੱਤੇ ਸੋਪਣ ਉਸ ਦਾ ਤਾਂ ਸੀ ਅਜ਼ਮਾਈ ਉਹਨਾਂ ਨੂੰ ਕਿਹੜਾ ਉਹਨਾਂ ਦਾ ਵਦੇੜਾ ਸੋਣਾ ਹੈ ਕਮਾਈ ਵੱਲੋਂ ਤੇ ਅਸਾਂ ਜ਼ਰੂਰ ਹੀ ਕਰ ਦੇਣਾ ਹੈ ਜੋ ਕੁਝ ਹੈ ਉਸ ਉਤੇ ਫਨਾ ਕਰਕੇ ਰੜਾ ਵੱਡ ਭਲਾ ਤੂੰ ਜਾਂਦਾ ਹੈ ਪਰ ਜ਼ਰੂਰ ਖੋ ਤੇ ਰਕੀਮ ਵਾਲੇ ਸਾਡੀਆਂ ਨਿਸ਼ਾਨੀਆਂ ਵਿੱਚੋਂ ਕੁਝ ਅਚਰਿਤ ਸਨ ਜਦ ਜਗਾ ਲਈ ਜਵਾਨਾਂ ਨੇ ਖੋ ਯਾਨੀ ਗਾਰ ਵਾਲੇ ਫਿਰ ਆਖਿਓ ਨੇ ਸਾਡੇ ਰੱਬਾ ਦੇ ਸਾਨੂੰ ਆਪਣੇ ਕੋਲੋਂ ਮਹਿਰ ਤੇ ਤਿਆਰ ਕਰ ਅਸਾਂ ਲਈ ਸੋਣ ਸਾਡੇ ਕੰਮ ਦਾ ਫਿਰ ਪਰਦਾ ਪਾ ਦਿੱਤਾ ਸਾਂ ਉਹਨਾਂ ਦੇ ਕਲਨਾ ਉਤੇ ਖੋ ਵਿੱਚ ਕਈ ਵਾਰੇ ਗਿੰਤਰੀ ਦੇ ਫੇਰ ਉਠਾਇਆ ਅਸਾਂ ਉਹਨਾਂ ਨੂੰ ਤਾਂ ਅਸੀਂ ਜਾਣ ਲਈਏ ਦੋ ਟੋਲੀਆਂ ਵਿੱਚੋਂ ਕਿੰਨੀਆਂ ਯਾਦ ਰੱਖੀ ਮੁੱਦਤ ਜਿੰਨੀ ਹੋ ਰਹਿ ਅਸੀਂ ਬਿਆਨ ਕਰਨੇ ਆ ਤੇਰੇ ਅੱਗੇ ਖਬਰ ਉਹਨਾਂ ਦੀ ਸਹੀ ਤਰ੍ਹਾਂ ਨਾਲ ਉਹ ਕਈ ਜਵਾਨ ਸਨ ਮੰਨਿਓ ਨੇ ਰੱਬ ਆਪਣੇ ਨੂੰ ਤੇ ਬਦੇਰੀ ਦਿੱਤੀ ਅਸਾਂ ਉਹਨਾਂ ਨੂੰ ਹਦਾਇਤ ਤੇ ਗੰਢ ਦੇ ਦਿੱਤੀ ਅਸਾਂ ਉਹਨਾਂ ਦੇ ਦਿਲਾਂ ਉੱਤੇ ਜਦੋਂ ਖਲੋਤੇ ਫੇਰ ਆਖਿਓ ਨੇ ਸਾਡਾ ਰੱਬ ਏ ਰੱਬ ਅਸਮਾਨਾਂ ਤੇ ਜ਼ਮੀਨ ਦਾ ਅਜੀ ਹਰ ਗਿਜ ਨਾ ਦੁਆ ਮੰਗਾਂਗੇ ਉਹ ਦੇ ਸਿਵਾ ਕਿਸੇ ਮਾਬੂਦ ਤੋਂ ਅਗਰ ਇੰਜ ਕਰੀਏ ਜ਼ਰੂਰ ਆਖਿਆ ਸਾਂ ਤਦ ਝੂਠ ਫਿਰ ਉਹ ਨਾ ਆਪੇ ਵੀ ਆਖਿਆ ਇਹ ਲੋਕ ਨੇ ਸਾਡੀ ਕੌਮ ਦੇ ਜਿੰਨਾ ਪਗੜੇ ਨੇ ਖੁਦਾ ਦੇ ਸਿਵਾ ਹੋਰ ਮਾਬੂਦ ਕਿਉਂ ਨਹੀਂ ਲਿਉਂਦੇ ਉਹਨਾਂ ਦੀ ਬੰਦਗੀ ਦੀ ਕੋਈ ਦਲੀਲ ਸਾਫ਼ ਫਿਰ ਕੌਣ ਬਦੇਰਾ ਜ਼ਾਲਮ ਹੋ ਸਨਾਲੋ ਜਿੰਨ ਜੋੜਿਆ ਅੱਲਾ ਉੱਤੇ ਝੂਠ ਤੇ ਜਦ ਕਿਨਾਰਾ ਪਕੜਿਓ ਜੇ ਉਹਨਾਂ ਤੋਂ ਤੇ ਜਿਸ ਨੂੰ ਪੂਜਦੇ ਨੇ ਸਵਾਲ ਅੱਲਾ ਦੇ ਹੁਣ ਜਗਾ ਪਗੜੋ ਫਲਾਣੇ ਖੋਵਲ ਤਾਂ ਫੈਲਾ ਦੇ ਤੁਸਾਂ ਲਈ ਰੱਬ ਤੁਹਾਡਾ ਕੁਝ ਰਹਿਮਤ ਆਪਣੀ ਤੇ ਤਿਆਰ ਕਰ ਦੇ ਤੁਸਾਂ ਲਈ ਤੁਸਾਂ ਦੇ ਕੰਮ ਦਾ ਆਰਾਮ ਤੇ ਵੇਖੇ ਤੂੰ ਸੂਰਜ ਨੂੰ ਜਦ ਚੜਦਾ ਹੈ ਪਹੁੰਚ ਜਾਂਦਾ ਹੈ ਉਹਨਾਂ ਦੇ ਖੋਤੋਂ ਸੱਜੇ ਵਾਲੇ ਤੇ ਜਦ ਡੁੱਬਦਾ ਹੈ ਇੱਕ ਤਰਾਹ ਜਾਂਦਾ ਹੈ ਉਹਨਾਂ ਤੋਂ ਖੱਬੇ ਵਾਲ ਤੇ ਉਹਨੇ ਰੜੇ ਵਿੱਚ ਉਸ ਖੋਦ ਇਹ ਹੀ ਅੱਲਾ ਦੀਆਂ ਨਿਸ਼ਾਨੀਆਂ ਵਿੱਚੋਂ ਜਿਸ ਨੂੰ ਰਾਹ ਪਾਏ ਅੱਲਾ ਸੋ ਉਹੋ ਹੀ ਰਾਹ ਪਿਆ ਹੋਇਆ ਤੇ ਜਿਸ ਨੂੰ ਰਾਹੋਂ ਬੁਲਾਏ ਫੇਰ ਹਰ ਗਿਜ ਨਾ ਲੱਭੂਗਾ ਉਹਦਾ ਕੋਈ ਹਮੈਤੀ ਰਾਹ ਪਾਣਵਾ ਦਾ ਤੂੰ ਜਾਣੇ ਉਹਨਾਂ ਨੂੰ ਜਾਗ ਦੇ ਤੇ ਉਹ ਸਨ ਸੁੱਤੇ ਹੋਏ ਤੇ ਅਸੀਂ ਪਵਾ ਦਿੰਦੇ ਉਹਨਾਂ ਨੂੰ ਸੱਜੇ ਪਾਸੇ ਤੇ ਖੱਬੇ ਪਾਸੇ ਤੇ ਕੁੱਤੇ ਉਹਨਾਂ ਦੇ ਨੇ ਵਿਚਾਰ ਰੱਖੀਆਂ ਨੇ ਬਾਵਾ ਆਪਣੀਆਂ ਦਲੀਜ਼ ਵਿੱਚ ਜੇ ਕਦੇ ਝਾਤ ਪਾਏ ਉਹਨਾਂ ਵੱਲ ਤਾਂ ਮੂੰਹ ਫੇਰੇ ਉਹਨਾਂ ਤੋਂ ਨਸ ਕੇ ਤੇ ਪਰ ਜਾਏ ਤੇਰੇ ਵਿੱਚ ਉਹਨਾਂ ਦੀ ਦਹਸ਼ਤ ਤੇ ਅਸੀਂ ਤਰਾਂ ਉਠਾਇਓ ਇਹ ਸਾਵਨ ਨੂੰ ਇੱਕ ਦੂਜੇ ਨੂੰ ਪੁੱਛਣ ਲੱਗਿਆ ਆਪੇ ਵਿੱਚ ਆਖਿਆ ਇੱਕ ਆਖਣ ਵਾਲੇ ਨੇ ਉਹਨਾਂ ਵਿੱਚੋਂ ਕਿਤਨਾ ਥਰੇ ਹੋਏ ਥੇ ਆਖਿਓ ਨੇ ਥਰੇ ਇੱਕ ਦਿਨ ਜਾਂ ਕੁਝ ਸਾ ਦਿਨ ਦਾ ਆਖਿਓ ਨੇ ਰੱਬ ਤੁਹਾਡਾ ਖੂਬ ਜਾਣਦਾ ਹੈ ਜਿੰਨਾ ਥਰੇ ਹੋ ਹੁਣ ਭੇਜੋ ਇੱਕ ਆਪਣੇ ਨੂੰ ਇਹ ਰੁਪਿਆ ਆਪਣਾ ਦੇ ਕੇ ਸ਼ਹਿਰ ਵੱਲ ਫਿਰ ਵੇਖੇ ਕਿਸ ਦੀ ਸ਼ਹਿਰ ਵਿੱਚੋਂ ਬਧੀਰੀ ਪਾ ਕੇ ਰੋਟੀ ਫਿਰ ਲਿਆਵੇ ਤੁਸਾਂ ਲਈ ਕੁਝ ਰੋਟੀ ਹੋ ਉਸ ਤੋਂ ਤੇ ਨਰਮੀ ਤੋਂ ਕੰਮ ਲਏ ਤੇ ਨਾ ਜਿਤਾਵੇ ਤੁਹਾਡਾ ਹਾਲ ਕਿਸੇ ਨੂੰ ਉਹਨਾਂ ਜੇ ਮਾਲੂਮ ਕਰ ਲਿਆ ਤੁਹਾਨੂੰ ਤਾਂ ਜ਼ਰੂਰ ਪੱਥਰ ਮਾਰ ਕੇ ਮਾਰ ਦੇਣਗੇ ਤੁਹਾਨੂੰ ਜਾਂ ਮੋਲ ਦੇਣਗੇ ਤੁਹਾਨੂੰ ਆਪਣੇ دین ਵਿੱਚ ਕਿ ਹਰ ਗਿਜ਼ ਨਾ ਮੁਰਾਦ ਪਾ ਸਕੋਗੇ ਤਦ ਕਦੇ ਵੀ ਤੇ ਇਸ ਤਰ੍ਹਾਂ ਸਬ ਖਬਰ ਕਰ ਦਿੱਤੀ ਹੋਈ ਉਹਨਾਂ ਦੀ ਲੋਕਾਂ ਨੂੰ ਤਾਂ ਜਾਣ ਲੈਣ ਪਈ ਵਾਦਾ ਅੱਲਾ ਦਾ ਜ਼ਰੂਰ ਸੱਚਾ ਹੈ ਕਿ ਕਿਆਮਤ ਦੇ ਆਉਣ ਵਿੱਚ ਜ਼ਰੂਰ ਕੁਝ ਸ਼ੱਕ ਨਹੀਂ ਜਦ ਝਗੜਾ ਕਰਦੇ ਸਨ ਆਪੇ ਵਿੱਚ ਕੰਮ ਆਪਣੇ ਦਾ ਫੇਰ ਆਖਿਓ ਨੇ ਬਣਾਓ ਉਹਨਾਂ ਦੀ ਖੋ ਤੇ ਇੱਕ ਮਾਰਤ ਰਾਬੋ ਦਾ ਖੂਬ ਜਾਣਦਾ ਉਹਨਾਂ ਨੂੰ ਪਰ ਕਿਹਾ ਉਹ ਨਾ ਜਿਨ੍ਹਾਂ ਦਾ ਜ਼ੋਰ ਚੱਲਿਆ ਉਹਨਾਂ ਦੇ ਕੰਮ ਉੱਤੇ ਅਸੀਂ ਜ਼ਰੂਰ ਬਣਾਵਾਂਗੇ ਉਹਨਾਂ ਦੀ ਜਗ੍ਹਾ ਉੱਤੇ ਮਸਜਿਦ ਹੁਣ ਆਖਣਗੇ ਉਹ ਤਿੰਨ ਸ਼ਖਸ ਨੇ ਚੌਥਾ ਉਹਨਾਂ ਦਾ ਕੁੱਤਾ ਹੈ ਉਹਨਾਂ ਦਾ ਤੇ ਆਖਣਗੇ ਪੰਜ ਨੇ ਛੇਵਾਂ ਉਹਨਾਂ ਦਾ ਕੁੱਤਾ ਉਹਨਾਂ ਦਾ ਨਿਸ਼ਾਨਾ ਮਾਰਨਾ ਹੈ ਬਿੰਡ ਠੇ ਤੇ ਆਖਣਗੇ ਸੱਤ ਨੇ ਤੇ ਅੱਠਵਾਂ ਉਹਨਾਂ ਦਾ ਕੁੱਤਾ ਹੈ ਉਹਨਾਂ ਦਾ ਤੂੰ ਆਖ ਰਬ ਮੇਰਾ ਖੂਬ ਜਾਣਦਾ ਹੈ ਗਿੰਤਰੀ ਉਹਨਾਂ ਦੀ ਨਹੀਂ ਜਾਣਦੇ ਉਹਨਾਂ ਨੂੰ ਪਰ ਥੋੜੇ ਤੋਂ ਨਾ ਝਗੜੋ ਉਹਨਾਂ ਦੀ ਗੱਲ ਵਿੱਚ ਪਰ ਝਗੜਨਾ ਸਰਸਰੀ ਤੇ ਨਾ ਪੁੱਛੋ ਉਹਨਾਂ ਦਾ ਹਾਲ ਇਹਨਾਂ ਵਿੱਚੋਂ ਕਿਸੇ ਨੂੰ ਤੇ ਨਾ ਆਖੋ ਕਿਸੇ ਕੰਮ ਨੂੰ ਭਈ ਮੈਂ ਜ਼ਰੂਰ ਕਰਾਂਗਾ ਇਹ ਕੰਮ پلਕੇ ਕੋਈ ਕੁਝ ਨਹੀਂ ਕਰ ਸਕਦੇ ਪਰ ਜੋ ਅੱਲਾ ਚਾਹੇ ਤੇ ਯਾਦ ਕਰ ਰੱਬ ਆਪਣੇ ਨੂੰ ਜਦ ਭੁੱਲ ਜਾਓ ਤੇ ਆਖ ਉਮੀਦ ਏ ਜੋ ਰਾਹ ਦੇ ਮੈਨੂੰ ਮੇਰਾ ਰੱਬ ਐਦੂ ਵਧੀਰਾ ਨੇੜੇ ਪਲਿਆਈ ਦਾ ਕਿ ਰਹਿ ਆਪਣੀ ਖੋਹ ਵਿੱਚ 300 ਵਰੇ ਤੇ ਬਧਾਓ ਨੇ 9 ਵਰੇ ਹੋਰ ਦੁਆਖ ਅੱਲਾ ਖੂਬ ਜਾਣਦਾ ਏ ਜਿੰਨਾ ਚਿਰ ਰਹਿ ਉਸਨੂੰ ਖਬਰ ਹੈ ਗੈਬ ਅਸਮਾਨਾਂ ਤੇ ਜ਼ਮੀਨ ਦੀ ਉਹ ਕਿਆ ਚਰਜ ਵੇਖਦਾ ਹੈ ਤੇ ਸੁਣਦਾ ਹੈ ਨਹੀਂ ਉਹਨਾਂ ਦਾ ਸਿਵਾ ਉਹਦੇ ਕੋਈ ਕਰ ਸਾਥ ਤੇ ਨਾ ਸ਼ਰੀਕ ਕਰਦਾ ਆਪਣੇ ਹੁਕਮ ਵਿੱਚ ਕਿਸੇ ਨੂੰ ਹਬੀਬ ਪਰ ਜੋ ਜੋ ਉਤਰੀ ਏ ਤੇਰੇ ਵੱਲ ਕਿਤਾਬ ਤੇਰੇ ਰੱਬ ਦੀ ਨਹੀਂ ਕੋਈ ਬਦਲਣ ਵਾਲਾ ਗੱਲਾਂ ਉਹਦੀਆਂ ਨੂੰ ਤੇ ਹਰ ਗਿਜ ਨਾਲ ਲੱਭੂਗਾ ਉਹਦੇ ਸਿਵਾ ਕੋਈ ਪਨਾਹ ਦਾ ਥਾ ਤੇ ਥੰਮ ਰੱਖ ਆਪਣੇ ਆਪ ਨੂੰ ਉਹਨਾਂ ਨਾਲ ਜਿਹੜੇ ਯਾਦ ਕਰਦੇ ਨੇ ਆਪਣੇ ਰੱਬ ਨੂੰ ਸਵੇਰੇ ਤੇ ਤੀਸਰੇ ਪੈਰ ਜਾਣਨੇ ਰਜ਼ਾ ਉਹਦੀ ਤੇ ਨਾ ਅੱਗੇ ਲੰਘ ਜਾਣ ਅੱਖੀਆਂ ਤੇਰੀਆਂ ਉਹਨਾਂ ਤੋਂ ਚਾਹਦਾ ਹੋਇਆ ਸੋਪਣ ਜਿਉਨੇ ਦੁਨੀਆ ਦਾ ਕਿੰਨਾ ਆਖੇ ਲੱਗ ਉਹਦੇ ਜਿਸ ਦਾ ਦਿਲ ਗਫਲਤ ਵਿੱਚ ਪਾ ਦਿੱਤਾ ਸਾਂ ਆਪਣੀ ਯਾਦ ਤੋਂ ਤੇ ਮਗਰ ਪਿਆ ਆਪਣੀ ਚਾਹ ਦੇ ਤੇ ਹੈ ਕਮ ਉਹਦਾ ਹੱਦੋਂ ਲੰਘਣਾ ਐ ਹਬੀਬ ਸਾਫ਼ ਆਖਦੇ ਹੋ ਸੱਚੀ ਗੱਲ ਏ ਤੁਹਾਡੇ ਰੱਬ ਵੱਲੋਂ ਜਿਹੜਾ ਚਾਹੇ ਸੋ ਮੰਨੇ ਤੇ ਜਿਹੜਾ ਚਾਹੇ ਸੋ ਨਾ ਮੰਨੇ ਅਸਾਂ ਤਿਆਰ ਕੀਤੀ ਏ ਜ਼ਾਲਮਾਂ ਲਈ ਅਗ ਕੇ ਲਿਆ ਉਹਨਾਂ ਨੂੰ ਲਿਪਟਾਂ ਉਹਦੀਆਂ ਨੇ ਤੇ ਜੇ ਫਰਿਆਦ ਕਰਨਗੇ ਤਾਂ ਫਰਿਆਦ ਸੁਣੀ ਜਾਣਗੀ ਨਾਲ ਪਲਾਣੇ ਪਾਣੀ ਦੇ ਪਿਗਰੇ ਹੋਏ ਇਤਰਾਮੇ ਵਾਂਗੂ ਜੋ ਪੁੰਨ ਦੇ ਮੂੰਹੋਂ ਨੂੰ ਕਈ ਬੁਰੀਏ ਪੀਣੇ ਦੀ ਚੀਜ਼ ਤੇ ਕਿਆ ਬੁਰਾ ਏ ਥਾਂ ਆਰਾਮ ਦਾ ਜਿੰਨ ਮੰਨਿਆ ਤੇ ਕੀਚੀਆਂ ਪਲਾਈਆਂ ਅਸੀਂ ਜ਼ਰੂਰ ਹੀ ਐਵੇਂ ਨਹੀਂ ਗੋਆਂਦੇ ਮਜ਼ਦੂਰੀ ਉਹਦੀ ਜਿੰਨ ਸੋਣਾ ਕੰਮ ਕੀਤਾ ਉਹੋ ਨੇ ਜਿੰਨ ਲਈ ਬਇਸਤ ਨੇ ਸਦਾ ਰਹਿਣੇ ਦੇ ਵਗਦਿਆਂ ਨੇ ਹੀਟ ਹੋਣ ਦੇ ਨਹਿਰਾਂ ਪਹਿਨਾਏ ਜਾਣਗੇ ਉੱਥੇ ਕੜੇ ਸੋਨੇ ਦੇ ਤੇ ਪਹਿਨਣਗੇ ਕੱਪੜੇ ਹਰੇ ਮਹੀਨ ਪੱਟਦੇ ਤੇ ਮੋਟੇ ਪੱਟਦੇ ਤਕੀਆਂ ਲਗਾਏ ਬੈਠੇ ਨੇ ਉੱਥੇ ਪਲਗਾ ਉੱਚੇ ਉੱਤੇ ਵਾਵਾ ਬਦਲਾਏ ਤੇ ਸੋਣਾ ਹੈ ਆਰਾਮ ਹਬੀਬ ਤੇ ਬਿਆਨ ਕਰੋ ਨਾਲੀਆ ਖਾਨ ਦੋ ਮਰਦਾਂ ਦਾ ਬਣਾ ਦਿੱਤੇ ਅਸਾਂ ਦੋਵਾਂ ਵਿੱਚੋਂ ਇੱਕ ਨੂੰ ਦੋ ਬਾਖ ਅੰਗੂਰ ਦੇ ਤੇ ਗਿਰਦੇ ਗਿਰਦੇ ਲਗਾ ਦਿੱਤੀ ਅਸਾਂ ਦੋਵਾਂ ਦੇ ਖਜੂਰ ਦੇ ਦਰਖਤਾਂ ਦੀ ਬਾੜ ਤੇ ਬੜਾ ਦਿੱਤੀ ਅਸਾਂ ਵਿਚਕਾਰ ਦੋਵਾਂ ਦੇ ਪੈਲੀ ਦੋਵਾਂ ਬਾਗਾਂ ਨੇ ਦਿੱਤਾ ਮੇਵਾ ਆਪਣਾ ਕਿੰਨਾ ਘਟਾਇਆ ਉਸ ਵਿੱਚੋਂ ਕੁਝ ਵੀ ਤੇ ਬਾਗਾ ਦਿੱਤੀ ਅਸਾਂ ਵਿਚਕਾਰ ਦੋਵਾਂ ਦੇ ਨਹਿਰ ਤੇ ਹੋ ਗਏ ਉਹਦੇ ਫਲ ਫਿਰ ਆਖਿਓਸੂ ਆਪਣੇ ਯਾਰ ਨੂੰ ਗੱਲਾਂ ਕਰਦਿਆਂ ਉਸ ਨਾਲ ਮੈਂ ਵਦੇੜਾਂ ਤੈਥੋਂ ਮਾਲ ਵਿੱਚ ਤੇ ਵਦੇੜਾ ਇੱਜ਼ਤਦਾਰਾਂ ਬੰਦਿਆਂ ਵੱਲੋਂ ਤੇ ਵੜਿਆ ਆਪਣੇ ਬਾਗ ਵਿੱਚ ਤੇ ਉਹ ਬੁਰਾ ਕਰ ਰਿਹਾ ਆਪਣੀ ਜਾਨ ਦਾ ਆਖਿਓਸੂ ਨਹੀਂ ਨਾ ਗੁਮਾਨ ਕਰਦਾ ਜੋ ਖਰਾਬ ਹੋਵੇਗੀ ਏਕਾ ਕਿ ਮੈਂ ਨਹੀਂ ਗੁਮਾਨ ਕਰਦਾ ਕਿਆਮਤ ਨੂੰ ਆਉਣੇ ਵਾਲੀ ਤੇ ਜੇ ਜ਼ਰੂਰ ਮੋੜਿਆ ਗਿਆ ਮੈਂ ਆਪਣੇ ਰੱਬ ਵੱਲ ਤਾਂ ਜ਼ਰੂਰ ਹੀ ਲਵਾਂਗਾ ਮੈਂ ਚੰਗਾ ਇਹਦੂ ਮੋੜਨੇ ਦਾ ਥਾਂ ਆਖਿਆ ਉਹਨੂੰ ਯਾਰ ਉਹਦੇ ਨੇ ਗੱਲਾਂ ਕਰਦਿਆਂ ਕਿਉਂ ਫਿਰ ਗਿਆ ਉਸ ਤੋਂ ਜਿਨ ਬਣਾਇਆ ਤੈਨੂੰ ਮਿੱਟੀ ਦਾ ਫਿਰ ਨੁਤਫੇ ਦਾ ਫਿਰ درست ਬਣਾਇਆ ਤੈਨੂੰ ਪੂਰਾ ਆਦਮੀ ਪਰ ਮੈਂ ਆਖਣਾ ਉਹ ਅੱਲਾਹ ਰੱਬ ਮੇਰਾ ਤੇ ਨਹੀਂ ਸ਼ਰੀਕ ਕਰਦਾ ਮੈਂ ਆਪਣੇ ਰੱਬ ਨਾਲ ਕਿਸੇ ਨੂੰ ਤੇ ਜਦ ਵੜਿਆ ਸੈਂ ਤੂੰ ਆਪਣੇ ਬਾਗ ਵਿੱਚ ਕਿਉਂ ਨਾ ਆਖੀ ਹੋਈ ਜੋ ਕੁਝ ਚਾਏ ਅੱਲਾ ਕੁਝ ਜ਼ੋਰ ਨਹੀਂ ਪਰ ਅੱਲਾ ਦੇ ਦੇਣੇ ਨਾਲ ਇਹ ਵੇਖਣਾ ਮੈਨੂੰ ਭਈ ਮੈਂ ਕਾਟਾਂ ਤੈਥੋਂ ਮਾਲ ਤੇ ਔਲਾਦ ਵਿੱਚ ਤਾਂ ਉਮੀਦ ਏ ਜੋ ਰੱਬ ਮੇਰਾ ਮੈਨੂੰ ਚੰਗਾ ਤੇਰੇ ਬਾਗ ਨਾਲੋਂ ਦੇ ਤੇ ਭੇਜੇ ਤੇਰੇ ਬਾਗ ਉੱਤੇ ਕੋਈ ਆਫਤ ਆਸਮਾਨੋਂ ਫੇਰ ਹੋ ਜਾਣੇ ਬਾਗ ਦਾ ਰੜਾ ਮੈਦਾਨ ਕਿਆ ਹੋ ਜਾਏ ਪਾਣੀ ਉਸ ਦਾ ਖੁਸ਼ਕ

ਉਸ ਵੇਲੇ ਹਮਾਇਤ ਕਰਨਾ ਕੰਮ ਹੈ ਅੱਲਾ ਸੱਚੇ ਦਾ ਉਹਦਾ ਚੰਗਾ ਹੈ ਸਵਾਬ ਤੇ ਚੰਗਾ ਹੈ ਬਦਲਾ ਹਬੀਬ ਤੇ ਬਿਆਨ ਕਰੋ ਉਹਨਾਂ ਲਈ ਅਖਾਂਡ ਦੁਨੀਆ ਦੇ ਜੂਨੇ ਦਾ ਜਿਉਂ ਪਾਣੀ ਹੈ ਬਰਾਇਆ ਅਸਾ ਉਸ ਨੂੰ ਅਸਮਾਨੋਂ ਫੇਰ ਸੰਘਣੀ ਹੋ ਨਿਕਲੀ ਉਸ ਨਾਲ ਲੰਗੂੜੀ ਜ਼ਮੀਨ ਦੀ ਤੇ ਕੱਲ ਫੇਰ ਹੋ ਗਈ ਪੁਸਤੇ ਚੂਰਾ ਉਡਾਂਦੀਆਂ ਨੇ ਉਹਨੂੰ ਹਵਾਵਾਂ ਤੇ ਹੈ ਅੱਲਾ ਦਾ ਹਰ ਕਾਸੇ ਉੱਤੇ ਜ਼ੋਰ ਚੱਲਦਾ اے ਮਾਲ ਤੇ ਇਹ ਪੁੱਤਰ ਸੋਪਣ ਨੇ ਜੂਨੇ ਦੁਨੀਆ ਦਾ ਤੇ ਬਾਕੀ ਰਹਿਣ ਵਾਲੀਆਂ ਨੇਕੀਆਂ ਚੰਗੀਆਂ ਨੇ ਤੇਰੇ ਰੱਬ ਕੋਲ ਸਵਾਬ ਵਿੱਚ ਤੇ ਚੰਗੀਆਂ ਨੇ ਉਹ ਉਮੀਦ ਵਿੱਚ ਤੇ ਫਿਕਰ ਕਰੋ ਜਿਸ ਦਿਨ ਅਸੀਂ ਤੋੜ ਦੇਾਂਗੇ ਪਹਾੜਾਂ ਨੂੰ ਤੇ ਵੇਖੇਂਗਾ ਜ਼ਮੀਨ ਨੰਗੀ ਹੋਈ ਹੋਈ ਤੇ ਇਕੱਠਾ ਕਰਾਂਗੇ ਇਨਸਾਨਾਂ ਨੂੰ ਫਿਰ ਨਾ ਛੱਡਾਂਗੇ ਅਸੀਂ ਉਹਨਾਂ ਵਿੱਚੋਂ ਇੱਕ ਨੂੰ ਵੀ ਤੇ ਸਾਹਮਣੇ ਕੀਤੇ ਜਾਣਗੇ ਤੇਰੇ ਰੱਬ ਦੇ ਸੱਪ ਬਣ ਕੇ ਲਓ ਵੇਖ ਲਓ ਜ਼ਰੂਰ ਆਇਓ ਨਾ ਅਸਾਂ ਕੋਲ ਜਿਉਂ ਪੈਦਾ ਕੀਤਾ ਸੀ ਅਸਾਂ ਤੁਹਾਨੂੰ ਪਹਿਲੀ ਵਾਰੀ ਸਗੋ ਗੁਮਾਨ ਕੀਤਾ ਥਾ ਜੇ ਪੈਨਾ ਠਹਿਰਾਵਾਂਗੇ ਅਸੀਂ ਤੁਸਾਂ ਲਈ ਬਾਦੇ ਦਾ ਵਕਤ ਤੇ ਰੱਖੀ ਜਾਏਗੀ ਅਮਲਨਾਮੇ ਦੀ ਕਿਤਾਬ ਫਿਰ ਵੇਖੇਗਾ ਗੁਨਾਹਗਾਰਾਂ ਨੂੰ ਡਰਦੇ ਨੇ ਉਹਦੇ ਵਿੱਚ ਦੇ ਲਿਖੇ ਤੋਂ ਤੇ ਆਖਦੇ ਨੇ ਹੈ ਸਾਡੀ ਇਹ ਖਰਾਬੀ ਏ ਕੀ ਹੋ ਗਿਆ ਇਸ ਕਿਤਾਬ ਨੂੰ ਨਹੀਂ ਛੱਡ ਦਿੱਤੀ ਇਸ ਛੋਟੀ ਗੱਲ ਤੇ ਨਾ ਬੜੀ ਪਰ ਕੇ ਲਿਆ ਸੂ ਉਸ ਨੂੰ ਤੇ ਵੇਖ ਲੈਣਗੇ ਸਾਹਮਣੇ ਜੋ ਕੀਤਾ ਨੇ ਤੇ ਨਾ ਜ਼ੁਲਮ ਕਰੇਗਾ ਰੱਬ ਤੇਰਾ ਕਿਸੇ ਉੱਤੇ ਯਾਦ ਕਰੋ ਤੇ ਜਦ ਆਖਿਆ ਸਾ ਫਰਿਸ਼ਤਿਆਂ ਨੂੰ ਸਜਦਾ ਕਰਵਾ ਆਦਮ ਨੂੰ ਤਾ ਸੈਦਾ ਕੀਤਾ ਉਹਨੇ ਪਰਸ਼ੈਤਾਨ ਨੇ ਐਸੀ ਜਿੰਨਾ ਵਿੱਚੋਂ ਫਿਰ ਬਾਹਰ ਨਿਕਲ ਗਿਆ ਆਪਣੇ ਰੱਬ ਦੇ ਹੁਕਮੋਂ ਕਿਉਂ ਫਿਰ ਪਕੜਦੇ ਉਹਨੂੰ ਤੇ ਉਹਦੀ ਔਲਾਦ ਨੂੰ ਯਾਰ ਸਵਾ ਮੇਰੇ ਤੇ ਉਹ ਤੁਹਾਡੇ ਦੁਸ਼ਮਣ ਨੇ ਕਿਆ ਬੁਰਾ ਜ਼ਾਲਮਾ ਲਈ ਬਦਲਾ ਸਾਹਮਣੇ ਨਹੀਂ ਕੀਤਾ ਮੈਂ ਉਹਨਾਂ ਨੂੰ ਵਕਤ ਪੈਦਾ ਕਰਨੇ ਆਸਮਾਨਾਂ ਤੇ ਜ਼ਮੀਨ ਦੇ ਤੇ ਨਾ ਵਕਤ ਪੈਦਾ ਕਰਨੇ ਦੇ ਖੁਦ ਉਹਨਾਂ ਨੂੰ ਸ਼ਰੀਕ ਕੀਤਾ ਸੀ ਤੇ ਨਹੀਂ ਆ ਮੈਂ ਬੁਲਾਣ ਵਾਲਾ ਰਾਂ ਪੁਲਾਣ ਵਾਲਿਆਂ ਨੂੰ ਮਦਦਗਾਰ ਜੇ ਜਿਸ ਦਿਨ ਫਰਮਾ ਦੇਗਾ ਸਦੋ ਸ਼ਰੀਕਾ ਮੇਰਿਆਂ ਨੂੰ ਜਿਨ੍ਹਾਂ ਨੂੰ ਗੁਮਾਨ ਕੀਤਾ ਸੀ ਜੇ ਫਿਰ ਸੱਦਨਗੇ ਉਹਨਾਂ ਨੂੰ ਫਿਰ ਨਾ ਜਵਾਬ ਦੇਣਗੇ ਉਹਨਾਂ ਨੂੰ ਤੇ ਕਰ ਦੇਂਗੇ ਅਸੀਂ ਵਿਚਕਾਰ ਉਹਨਾਂ ਦੇ ਮਰਨੇ ਦਾ ਥਾਂ ਸਾਂਝਾ ਤੇ ਵੇਖਣਗੇ ਗੁਨਾਗਾਰ ਅਗਨ ਨੂੰ ਫਿਰ ਜਾਣਣਗੇ ਭਾਈ ਉਹਨਾਂ ਨੂੰ ਪੈਣਾ ਹੈ ਉਸ ਵਿੱਚ ਤੇ ਲੱਭਣਾ ਨਹੀਂ ਉਸ ਤੋਂ ਪਾਉਣੇ ਦਾ ਥਾਂ ਤੇ ਜ਼ਰੂਰ ਅਸਾਂ ਮੁਰਮੁਰ ਬਿਆਨ ਕੀਤਾ ਇਸ ਕੁਰਾਨ ਵਿੱਚ ਹਰ ਤਰ੍ਹਾਂ ਦਾ ਖਾਣ ਲੋਕਾਂ ਲਈ ਤੇ ਹੈ ਆਦਮੀ ਵੱਧ ਹਰ ਚੀਜ਼ ਤੋਂ ਝਗੜਨ ਵਿੱਚ ਤੇ ਨਹੀਂ ਰੋਕਿਆ ਲੋਕਾਂ ਨੂੰ ਇਸ ਤੋਂ ਜੋ ਮੰਨ ਲੈਣ ਜਦ ਆ ਚੁੱਕੀ ਉਹ ਨਾ ਕੋਲ ਰਾਹ ਦੀ ਖਬਰ ਤੇ ਗੁਨਾਹ ਬਖਸ਼ਵਾਵਨ ਰੱਬ ਆਪਣੇ ਤੋਂ ਪਰ ਇਸ ਗੱਲ ਨੇ ਜੋ ਆਵੇ ਉਹਨਾਂ ਉੱਤੇ ਚਾਲਾ ਪਹਿਲਿਆਂ ਦਾ ਜਾਂ ਆਵੇ ਉਹਨਾਂ ਨੂੰ ਅਜ਼ਾਬ ਸਾਹਮਣੇ ਨਹੀਂ ਭੇਜਦੇ ਅਸੀਂ ਪੈਗੰਬਰਾਂ ਨੂੰ ਪਰ ਖੁਸ਼ਖਬਰੀ ਸੁਣਾਉਣ ਤੇ ਡਰਾਵਨ ਨੂੰ ਤੇ ਝਗੜਦੇ ਨੇ ਝੂਠ ਨਾਲ ਜਿਹੜੇ ਬੇਈਮਾਨ ਹੋਏ ਨੇ ਤਾ ਡਗਾਵੇਂ ਉਸ ਨਾਲ ਸੱਚ ਨੂੰ ਤੇ ਮੇਰੀਆਂ ਆਇਤਾਂ ਨੂੰ ਜਿਸ ਨਾਲ ਡਰਾਏ ਗਏ ਨੇ ਬਣਾਇਆ ਨੇ ਉਹਨਾਂ ਨੂੰ ਠੱਠਾ ਤੇ ਕੌਣ ਹੈ ਬੜਾ ਜ਼ਾਲਮ ਉਸ ਨਾਲੋਂ ਜਿਸ ਨੂੰ ਨਸੀਹਤ ਦਿੱਤੀ ਗਈ ਉਹਦੇ ਰੱਬ ਦੀਆਂ ਆਇਤਾਂ ਨਾਲ ਫਿਰ ਮੂੰਹ ਫੇਰਿਓ ਸੂ ਉਹਨਾਂ ਤੋਂ ਤੇ ਭੁਲਾ ਦਿੱਤੋ ਸੂਜ ਉਹ ਅੱਗੇ ਤੋਰਿਆ ਉਹਦੇ ਹੱਥਾਂ ਨੇ ਅਸਾ ਕਰ ਦਿੱਤੇ ਨੇ ਉਹਨਾਂ ਦੇ ਦਿਲਾਂ ਉੱਤੇ ਪਰਦੇ ਤਾਂ ਸਮਝ ਨਾ ਲੈਣ ਕੁਰਾਨ ਦੀ ਗੱਲ ਨੂੰ ਤੇ ਉਹਨਾਂ ਦੇ ਕੰਨਾਂ ਵਿੱਚ ਚੱਪਾ ਹੈ ਤੇ ਜੇ ਤੂੰ ਸੱਦੇ ਉਹਨਾਂ ਨੂੰ ਰਾਹ ਵੱਲ ਤਾਂ ਹਰਗਿਜ਼ ਰਾਹ ਨਾ ਪੈਂਡੇ ਤਦ ਕਦੇ ਵੀ ਤੇ ਰੱਬ ਤੇਰਾ ਬਖਸ਼ਣਾ ਰੇ ਮਿਹਰ ਵਾਲਾ ਜੇ ਕਦੇ ਪਕੜੇ ਉਹਨਾਂ ਨੂੰ ਬਦਲੇ ਉਹਦੇ ਜੋ ਕਮਾਇਆ ਉਹਨੇ ਤਾਂ ਸ਼ਿਤਾਬੀ ਦੇ ਉਹਨਾਂ ਨੂੰ ਅਜ਼ਾਬ ਸਗੋਂ ਅਲੀਕ ਵਾਦਾ ਹੈ ਹਰਗਿਜ਼ ਨਾ ਲੱਭੇਗਾ ਨੇ ਉਹਲੇ ਉਹਦੇ ਪਨਾ ਦਾ ਥਾਂ ਤੇ ਇਹਨੇ ਵਸਤੀਆਂ ਜਿਨ੍ਹਾਂ ਨੂੰ ਅਸਾਂ ਬਰਬਾਦ ਕਰ ਦਿੱਤਾ ਜਾਂ ਜ਼ੁਲਮ ਕੀਤਾ ਨੇ ਟੱਟੜ ਆਇਆ ਸੀ ਅਸਾਂ ਉਹਨਾਂ ਦੇ ਬਰਬਾਦ ਕਰਨੇ ਦਾ ਇੱਕ ਵਾਦਾ। ਫਿਰ ਜਦ ਆਖਿਆ موسی ਨੇ ਆਪਣੇ ਖਾਦਮ ਨੂੰ ਮੈਂ ਨਹੀਂ ਤੜਨਾ ਜਾਂ ਤੀਕ ਨਾ ਪਹੁੰਚਾਂ ਮੈਂ ਦੋ ਦਰਿਆ ਮਿਲਨੇ ਦਿੱਥਾਂ ਜਾਂ ਤੁਰਿਆ ਜਾਵਾਂਗਾ ਲੰਮੀਆਂ ਮੁੱਦਤਾਂ। ਫਿਰ ਜਦ ਪਹੁੰਚੇ ਦੋਵੇਂ ਦੋ ਦਰਿਆ ਦੇ ਮਿਲਨੇ ਤੇ ਥਾਂ ਭੁਲਾ ਦਿੱਤੀ ਉਹਨੇ ਮੱਛੀ ਆਪਣੀ। ਫਿਰ ਪਗੜਿਓ ਸੂਰਾ ਆਪਣਾ ਮੱਛੀ ਨੇ ਦਰਿਆ ਵਿੱਚ ਜਿਵੇਂ ਕੋਈ ਸੁਰੰਗ ਲੱਗੀ ਹੋਈ ਏ। ਫਿਰ ਜਦ ਅਗਾਹ ਲੰਘ ਗਏ ਦੋਵੇਂ आखियो नू दे सानू दिन दी रोटी साफर अपने तो खादम आख लगा पत्थर मैनु मछी का ख्याल ना लिया ते मैन भुलाई नहीं पर शैतान ने जो जिक्र करा मैं उस दकड़ो सू राह मछी ने अपना दरियाज तरीके आखियो सू ए ਜੋ ਅਸੀਂ ਢੂੰਢਦੇ ਸਾਂ ਫੇਰ ਮੁਰਾ ਆਇਓ ਆਪਣੇ ਖੋਜਾਂ ਉੱਤੇ ਤਲਾਸ਼ ਕਰਦੇ ਹੋਏ ਫੇਰ ਲੱਭ ਲਿਓ ਨੇ ਇੱਕ ਬੰਦਾ ਸਾਡੇ ਬੰਦਿਆਂ ਵਿੱਚੋਂ ਦਿੱਤੀ ਸੀ ਅਸਾਂ ਉਹਨੂੰ ਮੇਰ ਆਪਣੇ ਕੋਲੋਂ ਤੇ ਸਿਖਾਇਆ ਸੀ ਐਸਾ ਉਹਨੂੰ ਆਪਣੇ ਕੋਲੋਂ ਇੱਕ ਇਲਮ ਆਖਿਆ ਉਹਨੂੰ ਮੁਸਾ ਭਲਾ ਮੈਂ ਤੇਰੇ ਨਾਲ ਰਾਂ ਇਸ ਸ਼ਰਤ ਉੱਤੇ ਜੋ ਸਿਖਾਏ ਮੈਨੂੰ ਉਸ ਇਲਮ ਵਿੱਚੋਂ ਜੋ ਸਿਖਾਇਆ ਗਿਆ ਹੈ ਤੈਨੂੰ ਕੋਈ ਭਲਾ ਰਾਂ ਅੱਖਾਂ ਲਗਾ ਤੈਂ ਤੋਂ ਮੇਰੇ ਨਾਲ ਜ਼ਰੂਰ ਸਬਰ ਨਹੀਂ ਹੋ ਸਕਣਾ ਕੀ ਕਰ ਸਬਰ ਕਰੇਗਾ ਉਸ ਗੱਲ ਦੇ ਦੇਖਣੇ ਉੱਤੇ ਜਿਸ ਨੂੰ ਨਹੀਂ kehਿਆ ਤੂੰ ਇਲਮ ਨਾਲ ਆਖਿਓ ਸੁ ਵੇਖ ਲਏਗਾ ਮੈਨੂੰ ਜੇ ਚਾਇਆ ਅੱਲਾ ਨੇ ਸਬਰ ਕਰਨ ਵਾਲਾ ਤੇ ਨਾ ਮੋੜਾਂਗਾ ਤੇਰਾ ਹੁਕਮ ਆਖਿਓ ਸੁ ਫੇਰ ਜੇ ਨਾਲ ਰਹਿਣਾ ਮੇਰੇ ਤਾਂ ਨਾ ਪੁੱਛੀ ਮੈਨੂੰ ਕੋਈ ਗੱਲ ਜਦ ਤੱਕ ਮੈਂ ਆਪ ਨਾ ਸ਼ੁਰੂ ਕਰਾਂ ਤੇਰੇ ਅੱਗੇ ਉਹਦਾ ਜ਼ਿਕਰ ਫੇਰ ਤੁਰ ਪੈ ਦੋਵੇ ਇਥੋਂ ਤੀਕ ਜੋ ਜਦ ਚੜੇ ਇੱਕ ਬੇੜੀ ਵਿੱਚ ਉਹ ਤੋੜ ਦਿੱਤੀਓ ਸੁ ਮੂਝਾ ਆਖਣ ਲਗਾ ਇਹ ਕਿਉਂ ਤੋੜੀਆ ਤਾਰੇ ਡੋਬ ਦੇ ਲੋਕਾਂ ਇਸ ਦਿਨ ਨੂੰ ਜ਼ਰੂਰ ਕੀਤਾ ਹੀ ਬੜਾ ਕੋਝਾ ਕੰਮ ਆਖਣ ਲਗਾ ਪਲਾ ਮੈਂ ਨਹੀਂ ਸੀ ਆਖਿਆ ਪਈ ਤੈਥੋਂ ਮੇਰੇ ਨਾਲ ਜ਼ਰੂਰ ਸਬਰ ਨਹੀਂ ਹੋ ਸਕਣਾ ਆਖਿਓ ਸੁ ਨਾ ਪਕਰ ਮੈਨੂੰ ਮੇਰੇ ਭੁੱਲ ਜਾਣ ਉਤੋਂ ਤੇ ਨਾ ਕਰ ਮੇਰੇ ਉੱਤੇ ਮੇਰੇ ਕੰਮ ਵਿੱਚ ਤੰਗੀ ਫਿਰ ਤੁਰ ਪੈ ਦੋਵੇਂ ਇੱਥੋਂ ਤੱਕ ਜਦ ਮਿਲੇ ਇੱਕ ਲੜਕੇ ਨੂੰ ਫਿਰ ਖੂਨ ਕਰ ਦਿੱਤੋ ਸੋਹਦਾ ਆਖਣ ਲਗਾ ਕਿਉਂ ਖੂਨ ਕੀਤਾ ਈ ਜਾਨ پاک ਦਾ ਹਾਲਾਂਕਿ ਉਸਨੇ ਤਾਂ ਕੋਈ ਖੂਨ ਨਹੀਂ ਸੀ ਕੀਤਾ ਜ਼ਰੂਰ ਕੀਤਾ ਹੀ ਬਹੁਤ ਬੁਰਾ ਕੰਮ ਅਖਰ ਨਗਾ ਪਲਾ ਮੈਂ ਨਹੀਂ ਸੀ ਆਖਿਆ ਤੈਨੂੰ ਪਈ ਤੈ ਇਥੋਂ ਮੇਰੇ ਨਾਲ ਜ਼ਰੂਰ ਸਬਰ ਨਹੀਂ ਹੋ ਸਕਣਾ ਆਖਿਓ ਸੂ ਜੇ ਪੁੱਛੀ ਮੈਂ ਤੈਨੂੰ ਕੋਈ ਗੱਲ ਇਹਦੋਂ ਪਿੱਛੋਂ ਤਾਂ ਨਾ ਸਾਥ ਰੱਖੀ ਮੈਨੂੰ ਹੁਣ ਤੇ ਜ਼ਰੂਰ ਮਿਲ ਗਿਆ ਤੈਨੂੰ ਮੇਰੇ ਕੋਲੋਂ ਉਜ਼ਰ ਫਿਰ ਤੁਰ ਪੈ ਦੋ ਮੈਂ ਇਥੋਂ ਤੱਕ ਜੋ ਜਦਾ ਹੈ ਇੱਕ ਪਿੰਡ ਵਾਲਿਆਂ ਕੋਲ ਰੋਟੀ ਮੰਗਿਓ ਨੇ ਉੱਥੋਂ ਦੇ ਲੋਕਾਂ ਤੋਂ ਫਿਰ ਉਹਨਾਂ ਕਬੂਲ ਨਾ ਕੀਤੋ ਨੇ ਜੋ ਮਹਿਮਾਨੀ ਦੇਣੇ ਇਹਨਾਂ ਨੂੰ ਫਿਰ ਡਿੱਤੀ ਦੋਵਾਂ ਨੇ ਉੱਥੇ ਇੱਕ ਕੰਦ ਚਾਂਦੀ ਹੈ ਜੋ ਡਿੱਗ ਪੈ ਫੇਰੋਂ ਸਿੱਧੀ ਕਰ ਦਿੱਤੀਓ ਸੁ ਅੱਖਰ ਲਗਾ ਜੇ ਕਦੇ ਚੰਦੋਂ ਤਾਂ ਲੈੰਦੋਂ ਇਸ ਕੰਮ ਉਤੇ ਮਜ਼ਦੂਰੀ ਆਖਿਓ ਸੁ ਇਹ ਜੁਦਾਈਏ ਮੇਰੇ ਤੇ ਤੇਰੇ ਵਿੱਚ ਹੋਰ ਮੈਂ ਦੱਸਣਾ ਤੈਨੂੰ ਪੇਤ ਉਸ ਗੱਲ ਦਾ ਜਿਸ ਉਤੇ ਤੈਥੋਂ ਸਬਰ ਨਹੀਂ ਹੋ ਸਕਿਆ ਉਹ ਜੋ ਬੇੜੀ ਸੀ ਸੋ ਭੁੱਖਿਆ ਲੋਕਾਂ ਦੀ ਸੀ ਮਿਹਨਤ ਕਰਦੇ ਸੰਦਰੀਆ ਵਿੱਚ ਸੋ ਮੈਂ ਚਾਹਿਆ ਜੋ ਐਬਦਾਰ ਕਰਾਉ ਨੂੰ ਤੇ ਪਿੱਛੇ ਉਹਨਾਂ ਦੇ ਬਾਦਸ਼ਾਹ ਸੀ ਪਕੜਦਾ ਸੀ ਹਰ ਬੇੜੀ ਜ਼ਬਰਦਸਤੀ ਤੇ ਉਹ ਜੋ ਲੜਕਾ ਸੀ ਸੋ ਉਹਦੇ ਮਾਪੇ ਹੈ ਨਹੀਂ ਮਾਨ ਮਾਲੇ ਫਿਰ ਡਰ ਗਏ ਅਸੀਂ ਜੋ ਤੰਗ ਨਾ ਕਰੇ ਆਪਣੀ ਸਰਕਸ਼ੀ ਨਾਲ ਤੇ ਕੁਫਰ ਨਾਲ ਮਾਪਿਆਂ ਨੂੰ ਇਹ ਲੜਕਾ ਫਿਰ ਚਾਇਆ ਸਾਂ ਜੋ ਵਟਾ ਦੇ ਉਹਨਾਂ ਨੂੰ ਰੱਬ ਉਹਨਾਂ ਦਾ ਚੰਗਾ ਹੋ ਉਸ ਨਾਲੋਂ ਸੁਥਲਿਆਈ ਵਿੱਚ ਤੇ ਬਦੇਰਾ ਨੇੜੇ ਸਿਲਾ ਰਮੀ ਵਿੱਚ ਤੇ ਉਹ ਜੋ ਕੰਧ ਸੀ ਸੋ ਦੋ ਲੜਕੀਆਂ ਯਤੀਮਾਂ ਦੀ ਸੀ ਸ਼ਹਿਰ ਵਿੱਚ ਤੇ ਇਹੋ ਥੋਦੇ ਖਜ਼ਾਨਾ ਸੀ ਉਹਨਾਂ ਦਾ ਤੇ ਪਿਓ ਉਹਨਾਂ ਦਾ ਨੇਕ ਸੀ ਫਿਰ ਚਾਇਆ ਤੇਰੇ ਰੱਬ ਨੇ ਜੋ ਪੌਂ ਜਾਨ ਜਵਾਨੀ ਆਪਣੀ ਨੂੰ ਤੇ ਕੱਢ ਲੈਨ ਖਦਾਨਾ ਆਪਣਾ ਤੇਰੇ ਰੱਬ ਦੀ ਮਿਹਰ ਨਾਲ ਤੇ ਨਹੀਂ ਮੈਂ ਕੀਤੇ ਕੰਮ ਆਪਣੇ ਹਥਿਆਰ ਨਾਲ ਇਹ ਹੀ ਪੇਤ ਉਸ ਗੱਲ ਦਾ ਜਿਸ ਉਤੇ ਤੈਥੋਂ ਸਬਰ ਨਾ ਹੋ ਸਕਿਆ ਅਹ ਹਬੀਬ ਤੇ ਪੁੱਛਦੇ ਨੇ ਤੈਨੂੰ ਜ਼ੁਲਕਰ ਨੈਨ ਦਾ ਹਾਲ ਤੂੰ ਆਖ ਹੁਣ ਮੈਂ ਪੜਾਂਗਾ ਤੁਸਾਂ ਅੱਗੇ ਉਹਦਾ ਕੁਛ ਜ਼ਿਕਰ ਅਸਾਂ ਇਕਤਦਾਰ ਦਿੱਤਾ ਸੀ ਉਹਨੂੰ ਜ਼ਮੀਨ ਵਿੱਚ ਤੇ ਜਿੱਤਾ ਅਸਾਂ ਉਹਨੂੰ ਹਰ ਕਿਸਮ ਦਾ ਅਸਬਾਬ ਫਿਰ ਮਗਰ ਲੱਗਾ ਇੱਕ ਮੁਹੰਮਦ ਇਤੋ ਦੇਖ ਜੋ ਜਦ ਪਹੁੰਚਿਆ ਸੂਰਜ ਡੁੱਬਣ ਦੇ ਥਾਂ ਦੇਖਾ ਉਸ ਨੂੰ ਜਿਉਂ ਡੁੱਬਦਾ ਏ ਚਿੱਕਰ ਦੇ ਚਸ਼ਮੇ ਵਿੱਚ ਤੇ ਡਿੱਠੇ ਕੋਲ ਉਸ ਦੇ ਇੱਕ ਕੌਮ ਆਖਿਆ ਸਾ ਇਹ ਜ਼ੁਲਕਰਨੈਨ ਜਾਂ ਇਹ ਜੋ ਤੂੰ ਉਹਨਾਂ ਨੂੰ ਤਕਲੀਫ ਪਹੁੰਚਾਏ ਤੇ ਜਾਂ ਇਹ ਜੋ ਤੂੰ ਪਖੜੇ ਉਹਨਾਂ ਵਿੱਚ ਨੇਕ ਰਵਈਆ ਆਖਿਓ ਸੂ ਜਿਸ ਨੇ ਜ਼ੁਲਮ ਕੀਤਾ ਸੋ ਉਹਨੂੰ ਅਸੀਂ ਮਾਰਾਂਗੇ ਫਿਰ ਮੋੜਿਆ ਜਾਏਗਾ ਆਪਣੇ ਰਾਬੂ ਵਾਲੇ ਫਿਰ ਮਾਰੇਗਾ ਉਹਨੂੰ ਬੁਰੀ ਮਾਰ ਰੱਬ ਤੇ ਜਿਸਨੇ ਮੰਨਿਆ ਜ ਕੀਤਾ ਨੇਕ ਕੰਮ ਸੋ ਦਾ ਸੋਨਾ ਹਾਲ ਏ ਬਦਲੇ ਵਿੱਚ ਤੇ ਅਸੀਂ ਹੀ ਆਖਾਂਗੇ ਉਹਨੂੰ ਆਪਣੇ ਹੁਕਮ ਹਾਕਮ ਆਸਾਨ ਫਿਰ ਮਗਰ ਪਿਆ ਇੱਕ ਮਹੀਨੇ ਇਥੋਂ ਤੀਕ ਜੋ ਜਦ ਪਹੁੰਚਿਆ ਸੂਰਜ ਚੜਨ ਦੇ ਥਾ ਡਿਠਾ ਉਸ ਨੂੰ ਚੜਦਾ ਇੱਕ ਕੌਮ ਉੱਤੇ ਜਿਨ੍ਹਾਂ ਨੂੰ ਨਹੀਂ ਬਣਾ ਦਿੱਤਾ ਸਾ ਉਰੇ ਉਸ ਦੇ ਕੋਈ ਪਰਦਾ ਧੁੱਪ ਤੋਂ ਬਚਣ ਲਈ ਇਹ ਹਾਲ ਸੀ ਉਹਨਾਂ ਦਾ ਤੇ ਜ਼ੁਲਕਰ ਨੈਨ ਕੋਲ ਜੋ ਕੁਝ ਹੈ ਸੀ ਸਾਨੂੰ ਮعلوم ਸੀ ਫੇਰ ਮਗਰ ਲਗਾ ਇੱਕ ਹੋਰ ਮੁਹਿੰਮ ਦੇ ਇਥੋਂ ਤੇ ਇੱਕ ਜੋ ਜਦ ਪਹੁੰਚਿਆ ਵਿਚਕਾਰ ਦੋ ਪਹਾੜਾਂ ਦੇ ਦਿੱਠੀ ਉਰੇ ਉਹਨਾਂ ਦੇ ਇੱਕ ਕੌਮ ਨੇੜੇ ਨਹੀਂ ਆਉਂਦੇ ਜੋ ਸਮਝਣ ਗੱਲ ਨੂੰ ਆਖਿਓ ਨੇ ਐ ਜ਼ੁਲਕਰਨੈਨ ਯਾਜੂਜ ਤੇ ਮਾਜੂਜ ਜ਼ਰੂਰ ਫਸਾਦ ਕਰਨ ਵਾਲੇ ਨੇ ਇਸ ਮੁਲਕ ਵਿੱਚ ਫੇਰ ਭਲਾ ਢਹਾਈ ਐ ਅਸੀਂ ਤੇਰੇ ਲਈ ਕੁਝ ਮਾਲ ਇਸ ਸ਼ਰਤ ਉੱਤੇ ਜੋ ਬਣਾ ਦੇ ਸਾਡੇ ਤੇ ਉਹਨਾਂ ਦੇ ਵਿਚਕਾਰ ਇੱਕ ਕੰਦ ਆਖਣ ਲਗਾ ਜੋ ਮਕਦੂਰ ਦਿੱਤਾ ਏ ਮੈਨੂੰ ਮੇਰੇ ਰੱਬ ਨੇ ਤੇ ਬਿਹਤਰ ਸੋ ਮਦਦ ਦਿਓ ਮੈਨੂੰ ਜ਼ੋਰ ਨਾਲ ਤਾਂ ਬਣਾ ਦਿਆਂ ਤੁਹਾਡੇ ਤੇ ਉਹਨਾਂ ਦੇ ਵਿਚਕਾਰ ਮੋਟੀ ਕੰਦ ਲਿਆ ਦਿਓ ਮੈਨੂੰ ਲੋਹ ਦੀਆਂ ਚਾਦਰਾਂ ਇਥੋਂ ਤੀਕ ਜੋ ਜਦ ਬਰਾਬਰ ਕਰ ਦਿੱਤੋ ਸੂ ਵਿਚਕਾਰ ਦੋਵਾਂ ਪਹਾੜਾਂ ਦੇ ਆਖਿਓ ਸੂ ਤਾਂ ਕੋਣ ਅਗ ਇਥੋਂ ਤੀਕ ਜੋ ਜਦ ਕਰ ਜਿੱਤੋ ਸੁਕੰਧ ਨੂੰ ਸੁਰਖ ਅਗ ਵਾਂਗੂ ਆਖਿਓ ਸੁ ਲਿਆਓ ਮੇਰੇ ਕੋਲ ਪਾ ਦਿਆ ਇਸ ਉੱਤੇ ਤਰਾਮ ਤਿਗਰਿਆ ਹੋਇਆ ਇਹ ਅਜੇ ਹੀ ਕੰਝ ਸੀ ਯਾ ਜੂਜ ਮਾਜੂਦ ਦਾ ਨਾ ਜ਼ੋਰ ਚੱਲਿਓ ਨੇ ਜੋ ਉੱਤੇ ਚਾਹ ਰਹੋ ਉਸ ਦੇ ਤਨਾ ਜ਼ੋਰ ਚੱਲਿਓ ਨੇ ਉਸ ਵਿੱਚ ਮੋਰੀ ਕਰਨ ਦਾ ਆਖਿਓ ਸੁ ਇਹ ਕੰਮ ਮੇਰੇ ਮੇਰੇ ਰੱਬ ਦੀ ਫਿਰ ਜਦ ਆਵੇਗਾ ਵਾਦਾ ਮੇਰੇ ਰੱਬ ਦਾ ਕਰ ਦੇਗਾ ਇਸ ਨੂੰ ਸਾਫ ਥਾਂ ਤੇ ਹੈ ਵਾਦਾ ਮੇਰੇ ਰੱਬ ਦਾ ਸੱਚਾ ਤੇ ਛੱਡ ਦੇਾਂਗੇ ਅਸੀਂ ਖਲਕਤ ਦੇ ਇਕਣਾ ਨੂੰ ਉਸ ਦਿਨ ਜਦ ਰਾਲ ਮਿਲ ਜਾਣਗੇ ਇਕਣਾ ਵਿੱਚ ਤੇ ਫੂਕ ਵੱਜੇਗੀ ਕਰਣਾ ਵਿੱਚ ਯਾਨੀ ਸੂਰ ਫੂਕਿਆ ਜਾਏਗਾ ਫਿਰ ਇਕੱਠਾ ਕਰਾਂਗੇ ਅਸੀਂ ਸਭ ਇਨਸਾਨਾਂ ਨੂੰ ਤੇ ਸਾਹਮਣੇ ਕਰਾਂਗੇ ਅਸੀਂ ਦੋਜ਼ਖੋਸ ਦਿਨ ਬੇਈਮਾਨਾਂ ਦੇ ਰੂਬ ਰੂ ਲਿਆ ਕੇ ਜਿਨ੍ਹਾਂ ਦੀਆਂ ਅੱਖੀਆਂ ਪਰਦੇ ਵਿੱਚ ਸਨ ਮੇਰੀ ਯਾਦ ਤੋਂ ਤੇ ਤਾਕਤ ਨਹੀਂ ਸਨ ਰੱਖਦੇ ਸੁਣਨੇ ਦੀ ਕਿਉਂ ਫਿਰ ਗੁਮਾਨ ਕੀਤਾ ਬਈਮਾਨਾ ਨੇ ਭਈ ਪਕੜਨਾ ਉਹਨਾਂ ਦਾ ਮੇਰੇ ਬੰਦਿਆਂ ਨੂੰ ਸਵਾ ਮੇਰੇ ਹਮਾਇਤੀ ਨਵਾਂ ਮੰਨਦੇ ਉਹਨਾਂ ਨੂੰ ਅਸਲ ਜ਼ਰੂਰ ਤਿਆਰ ਕੀਤਾ ਦੋਜ਼ਖ ਬਈਮਾਨਾ ਦੀ ਮਹਿਮਾਨੀ ਲਈ ਵੀਰ ਤੁਸੀਂ ਆਖੋ ਪਲਾਸੀ ਦਸਿਆ ਤੁਹਾਨੂੰ ਵਧੇਰੇ ਕਾਟੇ ਵਾਲੇ ਅਮਲਾ ਵਿੱਚ ਉਹ ਨਹੀਂ ਜਿਨ੍ਹਾਂ ਦੀ ਦੌੜ ਐਵੇਂ ਗਈ ਦੁਨੀਆ ਦੇ ਜੂਨੇ ਵਿੱਚ ਤੇ ਉਹ ਗੁਮਾਨ ਕਰਦੇ ਨੇ ਭਈ ਅਸੀਂ ਸੋਹਣੇ ਕਰਨੇ ਆ ਕੰਮ ਉਹ ਲੋਕ ਨੇ ਜਿਹੜੇ ਮੰਨਕਰ ਹੋਏ ਆਪਣੇ ਰੱਬ ਦੀਆਂ ਨਿਸ਼ਾਨੀਆਂ ਤੇ ਉਸ ਦੇ ਮਿਲਣੇ ਤੋਂ ਸੋ ਉਗਤ ਗਾਇਆ ਮਲੋਨਾ ਦੇ ਫਿਰ ਨਾ ਖੜਾ ਕਰਾਂਗੇ ਅਸੀਂ ਉਹਨਾਂ ਲਈ ਦਿਨ ਕਿਆਮਤ ਦੇ ਕੁਝ ਵਦਨ ਇਹ ਹੈ ਬਦਲਾ ਉਹਨਾਂ ਦਾ ਦੋਜਖ ਇਸ ਸਬਬੋਂ ਜੋ ਬੇਈਮਾਨ ਹੋਏ ਤੇ ਬਣਾਇਓ ਨੇ ਮੇਰੀਆਂ ਗੱਲਾਂ ਤੇ ਮੇਰੇ ਪੈਗਮਰ ਨੂੰ مخਾਲ ਅਲਵੱਤਾ ਜਿਨ੍ਹਾਂ ਮੰਨਿਆ ਤੇ ਕੀਤੀਆਂ ਬਨੇਆਆਂ ਜ਼ਰੂਰ ਹੈਨ ਉਹਨਾਂ ਲਈ ਬਹੁਤ ਉਮਦਾ ਬਇਸ਼ਤ ਮਹਿਮਾਨੀ ਲਈ sada ਰਹਿਣਗੇ ਉੱਥੇ ਕਿ ਉੱਥੋਂ ਕਿਧਰੇ ਹੋਰ ਜਾਣਾ ਨਾ ਚਾਣਗੇ ਹਬੀਬ ਤੁਸੀਂ ਆਖੋ ਜੇ ਹੋਵੇ ਸਮੁੰਦਰ ਸਿਆਹੀ ਮੇਰੇ ਰੱਬ ਦੀਆਂ ਗੱਲਾਂ ਲਿਖਣ ਲਈ ਤਾਂ ਨਿਬਰ ਜਾਏ ਸਮੁੰਦਰ ਪਹਿਲੇ ਇਸ ਦੀ ਜੁ ਨਿਬਰਣ ਗੱਲਾਂ ਮੇਰੇ ਰੱਬ ਦੀਆਂ ਭਾਵੇਂ ਲਿਆ ਵੀ ਅਸੀਂ ਉਹਦੇ ਜੇ ਹੋਰ ਸਮੁੰਦਰ ਮਦਦ ਨੂੰ ਐ ਹਬੀਬ ਤੁਸੀਂ ਆਖੋ ਮੈਂ ਨਿਰ ਆਦਮੀ ਹਾਂ ਤੁਸਾਂ ਜਿਆ ਭਈ ਆਉਂਦੀ ਏ ਮੇਰੇ ਵੱਲ ਭਈ ਮਹਬੂਬ ਤੁਹਾਡਾ ਇੱਕੋ ਮਹਬੂਬ ਏ ਫਿਰ ਜਿਹੜਾ ਉਮੀਦ ਰੱਖਦਾ ਹੋਵੇ ਆਪਣੇ ਰੱਬ ਨੂੰ ਮਿਲਣ ਦੀ ਸੋਚਾਈਏ ਜੋ ਕਰੇ ਕੰਮ ਨੇਕ ਤੇ ਨਾ ਸਾਂਝਾ ਰੱਖੇ ਆਪਣੇ ਰੱਬ ਦੀ ਪੂਜਾ ਵਿੱਚ ਕਿਸੇ ਦਾ